Close Look is brought to you by Surrey Honda. Brighton College. Overseas Auto Body, 7638 129th A Street, Surrey. Phone number 604-594-9707. Overseas Auto Body. नमस्कार जी, मैं हूँ ज्योतिषी जगदीप गुरु। मैं पिछले 20 वर्षों से एस्ट्रोलॉजी से आपकी सेवा कर रहा हूँ। अगर आपको कोई भी समस्या है, जैसे कि फाइनेंशियल, मैरिज, हेल्थ, फैमिली, प्लीज़ कॉन्टेक्ट मी। माई फ़ोन नंबर इज 604-507-3989। थैंक यू। दोस्तों, तुसी देख रहे हो प्रोग्राम देसी क्लोज लुक ते मैं थोड़ा होस्ट सुख है। दोस्तों, जेकर देखा जाए तो कनेडा वर्गे मुल्कां दे विच जिंदगी बड़ी तेज़ रफ्तार नाल अगे वधदी है, ते जेकर किसी की भी जिंदगी दे नेड़े होके आपां देखिए तो वह अपने आप दे विच बहुत बिजी रहिंदा। कुछ इंसान ऐसे हुंदे ने जो अपने रझेवें भरी जिंदगी दे विचों अपने शौक पूरे करन दे लई टाइम कढ़दे ने ते उन्हां शौकां नूं पूरा भी करदे ने। अज असीं तुहाडी मुलाकात करवाउण जा रहे हां एक ऐसी शख्सियत दे नाल जिन्हां ने अपने कम्मां कारां दे विच बिजी होने के बावजूद भी अपने शौक नूं मरने दिता, अपने अंदर के कलाकार नूं मरने दिता, अपनी गायकी नूं जिउंदा रखिया। आओ गलबात करते हैं महाराज हसन जी हुणां नाल। Yo, 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 I am in the battle cat with Manraj Hasan. That's right. We're gonna tell you a little bit about the girls around the world acting rude with that attitude. But I know you ladies are just playing. You know what I'm saying? ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਅਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਐਂ ਹੋਈ ਕਰ ਰਹੇ ਹੋ ਜੀ ਅੱਜ ਦਾ ਵੈਦਰ? ਹਾਂ, ਬਹੁਤ ਵਧੀਆ ਜੀ। ਅੱਜ ਲਾਸਟ ਡੇ ਆ, ਅੱਜ ਪੀ ਐਨ ਈ ਦਾ ਵੀ ਉੱਦਾਂ ਵੀ, ਅਤੇ ਬੱਚਿਆਂ ਦੀ ਛੁੱਟੀਆਂ ਦਾ ਵੀ ਲਾਸਟ ਡੇ ਅੱਜ। ਕੱਲ੍ਹ ਤੋਂ ਸਕੂਲ ਬਿਜ਼ੀ, ਫਿਰ ਬੈਕ ਟੂ ਵਰਕ। ਕਿੰਨਾ ਕੁ ਚਿਰ ਹੋ ਗਿਆ ਜੀ ਆਪਾਂ ਨੂੰ ਕੈਨੇਡਾ 'ਚ ਆਇਆ? ਮੈਨੂੰ ਇੱਥੇ 11 ਸਾਲ ਹੋ ਗਏ ਜੀ। ਮੈਂ ਸਪਤੰਬਰ 2001 'ਚ ਆਇਆ ਸੀ, 2 'ਚ ਆਇਆ ਸੀਗਾ। 11 ਸਾਲ ਹੋ ਗਏ ਜੀ, ਸਪਤੰਬਰ 'ਚ ਚੱਲ ਰਹੀ ਆ ਹੁਣ। 11 ਸਾਲ ਤੁਹਾਨੂੰ ਇੱਥੇ ਆਇਆ ਨੂੰ ਹੋ ਗਏ, ਕਿੱਦਾਂ ਦਾ ਮਹਿਸੂਸ ਕਰਦੇ ਹੋ? ਮੌਜ ਸੀਗੀ ਉਹ ਇੰਡੀਆ 'ਚ ਸੀਗੀ, ਕੰਮ ਹੈਗਾ ਇੱਥੇ ਹੈਗਾ। ਜੇ ਸਾਰੀ ਜ਼ਿੰਦਗੀ ਆਪਾਂ ਮੌਜ ਫੇਰ ਹੀ ਕਰ ਸਕਦੇ ਹਾਂ ਜੇ ਕੰਮ ਹੈਗਾ ਇੱਥੇ। ਕੰਮ ਦੀਆਂ ਓਪਰਚੁਨਿਟੀਆਂ ਬਹੁਤ ਆ ਤੁਹਾਡੇ ਕੋਲ, ਕੋਈ ਵੀ ਬੰਦਾ ਸੁਪਨਾ ਲੈ ਕੇ ਆਊਗਾ ਪੂਰਾ ਜ਼ਰੂਰ ਹੋਊਗਾ। ਤੁਸੀਂ ਜਿੱਦਾਂ ਦੱਸਿਆ ਇਹ ਸੁਪਨੇ ਪੂਰੇ ਕਰਨ ਦੀ ਧਰਤੀ ਹੈ ਕੈਨੇਡਾ, ਜਿਹੜੇ ਵੀ ਇਨਸਾਨ ਜਾਂ ਜਿਹੜੇ ਵੀ ਇਮੀਗ੍ਰੈਂਟਸ ਨਵੇਂ ਆਉਂਦੇ ਨੇ, ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਆਉਂਦਾ। ਤੁਹਾਨੂੰ ਲੱਗਦਾ ਕਿ ਕੈਨੇਡਾ ਇੱਕ ਐਸਾ ਮੁਲਕ ਹੈ ਜਿੱਥੇ ਆ ਕੇ ਉਹ ਮਿਹਨਤ ਕਰਨ ਜਾਂ ਥੋੜ੍ਹਾ ਜਿਹਾ ਹਾਰਡ ਵਰਕ ਕਰਨ ਉਹ ਆਪਣੇ ਸੁਪਨੇ ਪੂਰੇ ਕਰ ਸਕਦੇ? ਜੀ ਬਿਲਕੁਲ, ਮੈਂ ਇੱਦਾਂ ਸੋਚਦਾ। ਇੱਥੇ ਕੰਮ ਦੀਆਂ ਓਪਰਚੁਨਿਟੀਆਂ ਕਰਕੇ ਤੁਹਾਡੇ ਸੁਪਨੇ ਪੂਰੇ ਹੋਣਗੇ। ਵਿਦਆਊਟ ਕੰਮ ਯੂ ਆਰ ਨਥਿੰਗ, ਮਨੀ ਨਹੀਂ ਸੀ, ਕੁਛ ਨਹੀਂ ਆਪਾਂ ਕਰ ਸਕਦੇ। ਤੁਹਾਡਾ ਵੀ ਕੋਈ ਸੁਪਨਾ ਸੀ ਜਿਹੜਾ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਪੂਰਾ ਕੀਤਾ? ਹਾਂਜੀ, ਮੇਰਾ ਸੰਗੀਤ ਨਾਲ ਰਿਲੇਟਡ ਸੀਗਾ ਸੁਪਨਾ, ਮਿਊਜ਼ਿਕ ਸਟੂਡੀਓ। ਮੈਂ ਮਿਊਜ਼ਿਕ ਦਾ ਕੰਮ ਕਰਨਾ ਚਾਹੁੰਦਾ ਸੀ, ਸਿੱਖਿਆ ਮੈਂ ਇੰਡੀਆ ਤੋਂ, ਮੈਂ ਸੁਪਨਾ ਮੇਰਾ ਇੱਥੇ ਆ ਕੇ ਪੂਰਾ ਹੋਇਆ। ਸੋ ਮੈਂ ਕਹਿ ਸਕਦਾ ਵੀ ਜੇ ਮੇਰਾ ਇੱਥੇ ਸੁਪਨਾ ਪੂਰਾ ਹੋਇਆ ਤਾਂ ਬਾਕੀਆਂ ਦਾ ਵੀ ਸੁਪਨਾ ਜ਼ਰੂਰ ਪੂਰਾ ਹੋਊਗਾ। ਜਵਾਨੀ ਵਿੱਚ ਆ ਜਾਂਦਾ ਨਖਰਾ, ਮੁੰਡਿਆਂ ਤੇ ਕਹਿਰ ਕਮਾ ਜਾਂਦਾ।
ਕਿਸੇ ਸੈਣ ਦਾ ਨਾਲ ਬੁਲਾਉਣਾ ਫਿਰ ਹੱਥ ਚੋਂ ਹੱਥ ਛਡਾਉਣਾ ਕਿ ਕੁੜੀਆਂ ਦੀ ਮਰਜ਼ੀ ਚੱਲ ਮੱਖਣਾ ਸੋਹਣਿਆ ਯਾਰਾ ਇੰਡੀਆ ਦੇ ਵਿੱਚ ਫਿਰ ਤੁਸੀਂ ਕੀ ਕਰਦੇ ਹੁੰਦੇ ਸੀ? ਇੰਡੀਆ ਦੇ ਵਿੱਚ ਮੈਂ ਜ਼ਿਆਦਾ ਮੈਂ ਸਿੱਖਦਾ ਹੀ ਹੁੰਦਾ ਸੀਗਾ, ਗਾਉਂਦਾ ਹੁੰਦਾ ਸੀਗਾ। ਇਸ ਤੋਂ ਇਲਾਵਾ ਬਸ ਮੈਂ ਗ੍ਰੈਜੂਏਸ਼ਨ ਕੀਤੀ ਆ ਡੀ ਏ ਵੀ ਕਾਲਜ ਜਗਰਾਓਂ ਤੋਂ, ਮੇਰਾ ਪਿੰਡ ਖਾਸ ਜਗਰਾਓਂ ਆ। ਅਤੇ ਬਸ ਇਹੀ ਮੇਰੀ ਉੱਥੇ ਸੀਗੀ ਮਿਊਜ਼ਿਕ ਦਾ ਸਟਰਗਲ ਸੀਗਾ, ਇੱਥੇ ਵੀ ਸਟਰਗਲ ਕਰ ਰਹੇ ਹਾਂ। ਹੁਣ ਇੱਥੇ ਸੀ ਡੀ ਕੀਤੀ 2010 'ਚ, ਜਨੂੰਨ ਦਾ ਪੈਸ਼ਨ, ਹੁਣ ਨੈਕਸਟ ਸੀ ਡੀ ਦੀ ਤਿਆਰੀ ਕਰ ਰਹੇ ਹਾਂ। ਮਨਰਾਜ ਜੀ, ਜਦੋਂ ਤੁਸੀਂ ਇੰਡੀਆ ਦੇ ਵਿੱਚ ਹੁੰਦੇ ਸੀ, ਸਿਰਫ ਉਦੋਂ ਗਾਇਕੀ ਵੱਲ ਜ਼ਿਆਦਾ ਧਿਆਨ ਹੁੰਦਾ ਸੀ ਜਾਂ ਤੁਸੀਂ ਕੋਈ ਕੰਮ ਕਾਰ ਵੀ, ਘਰ ਦਾ ਕੰਮ ਜਿੱਦਾਂ ਆਪਣੇ ਆਮ ਪਿੰਡਾਂ 'ਚ ਹੁੰਦਾ, ਖੇਤਾਂ ਨੂੰ ਜਾਣਾ, ਪੱਠੇ ਵੱਢਣੇ, ਪਸ਼ੂ ਸਾਂਭਣੇ, ਇੱਦਾਂ ਦਾ ਕੋਈ ਕੰਮ ਕੀਤਾ ਸੀ ਜਾਂ ਸਿਰਫ ਗਾਇਕੀ ਗਾਇਕੀ? ਹਾਂਜੀ, ਇਸ ਗੱਲੋਂ ਮੈਂ ਥੋੜ੍ਹਾ ਜਿਹਾ ਖੁਸ਼ਕਿਸਮਤ ਰਿਹਾ। ਖੁਸ਼ਕਿਸਮਤ ਨਹੀਂ ਕਹਿ ਲਓ, ਮੇਰਾ ਜਨਮ ਹੀ ਇੱਦਾਂ ਦੇ ਘਰੇ ਹੋਇਆ ਵੀ ਜਿੱਥੇ ਖੇਤ ਨਹੀਂ ਸੀਗੇ, ਘਰ ਨਹੀਂ, ਆਪਣਾ ਪਸ਼ੂ ਨਹੀਂ ਸੀਗੇ, ਸਾਡੀ ਦੁਕਾਨ ਹੁੰਦੀ ਸੀ ਕੱਪੜੇ ਦੀ। ਸੋ ਘਰ ਦੇ ਕੰਮ ਤਾਂ ਜ਼ਰੂਰ ਕਰਨੇ ਪੈਂਦੀ ਹੈ, ਨਾਲ ਨਾਲ ਦੁਕਾਨ 'ਤੇ ਬਹਿਣਾ ਹੁੰਦਾ ਸੀਗਾ ਜਾਂ ਘਰ ਦੇ ਕੰਮ ਕਰਨੇ ਹੁੰਦੇ ਸੀਗੇ। ਸੋ ਉੱਦਾਂ ਦਾ ਨਹੀਂ ਮੈਨੂੰ ਕੋਈ ਕੰਮ ਖੇਤਾਂ ਦਾ ਕੰਮ ਕਰਨਾ ਪਿਆ, ਕਿਉਂਕਿ ਦੁਕਾਨ ਹੁੰਦੀ ਸੀ, ਜਾ ਕੇ ਬਹਿ ਜਾਈਦਾ ਸੀਗਾ। ਹਾਂਜੀ, ਤੁਸੀਂ ਕਿਹਾ ਵੀ ਤੁਸੀਂ ਇੰਡੀਆ ਦੇ ਵਿੱਚ ਇੱਦਾਂ ਸ਼ੋਪ 'ਤੇ ਬਹਿੰਦੇ ਹੁੰਦੇ ਸੀ, ਉਹ ਐਕਸਪੀਰੀਅੰਸ ਤੁਹਾਡਾ ਇੱਥੇ ਆ ਕੇ ਕੰਮ ਆਇਆ ਕੋਈ? ਨਹੀਂ, ਮੈਂ ਐਕਚੁਲੀ ਉਹਨੂੰ ਯੂਜ਼ ਕਰਨ ਦੀ ਬੜੀ ਕੋਸ਼ਿਸ਼ ਨਹੀਂ ਕੀਤੀ। ਮੈਂ ਜ਼ਿਆਦਾ ਹੁਣ ਇੰਸਪਾਇਰ ਹੀ ਇੱਧਰ ਨੂੰ ਹੋ ਗਿਆ ਮਿਊਜ਼ਿਕ ਵਾਲੇ ਪਾਸੇ ਨੂੰ, ਮੈਂ ਫੁੱਲ ਟਾਈਮ ਹੁਣ ਮਿਊਜ਼ਿਕ ਦਾ ਕੰਮ ਹੀ ਕਰਦਾ। ਹਾਂਜੀ, ਤੁਸੀਂ ਜਦੋਂ ਇੰਡੀਆ ਦੇ ਵਿੱਚੋਂ ਨਵੇਂ ਨਵੇਂ ਇੱਥੇ ਆਏ ਸੀ, ਤੁਸੀਂ ਕਿੰਨੇ ਚਿਰ ਬਾਅਦ ਕੰਮ ਸਟਾਰਟ ਕੀਤਾ ਸੀ ਇੱਥੇ, ਪਹਿਲਾ ਕੰਮ ਜਿਹੜਾ ਕਰਦਾ ਸੀ? ਮੈਂ ਜੀ ਸਪਤੰਬਰ 'ਚ ਆਇਆ ਸੀਗਾ ਅਤੇ ਮੇਰੇ ਖਿਆਲ 'ਚ ਨਵੰਬਰ ਦੇ ਫਸਟ ਵੀਕ 'ਚ ਕੰਮ 'ਤੇ ਲੱਗ ਗਿਆ ਸੀਗਾ। ਮਨਰਾਜ ਜੀ, ਜਦੋਂ ਤੁਸੀਂ ਕੈਨੇਡਾ ਦੇ ਵਿੱਚ ਨਵੇਂ ਨਵੇਂ ਆਏ ਸੀ, ਸ਼ੁਰੂ ਸ਼ੁਰੂ 'ਚ ਤੁਹਾਡੇ ਮਨ 'ਚ ਕਦੇ ਇੱਦਾਂ ਆਇਆ ਸੀ ਯਾਰ ਮੇਰਾ ਤਾਂ ਇੱਥੇ ਜੀ ਨਹੀਂ ਲੱਗ ਰਿਹਾ, ਮੇਰੇ ਯਾਰ ਦੋਸਤ ਇੰਡੀਆ ਦੇ ਵਿੱਚ ਰਹਿ ਗਏ, ਮੇਰੀ ਫੈਮਿਲੀ ਇੰਡੀਆ ਦੇ ਵਿੱਚ ਆ, ਮੈਂ ਬੈਕ ਚਲਾ ਜਾਣਾ? ਜੀ ਨਹੀਂ, ਮੈਨੂੰ ਇਸ ਵੱਲੋਂ ਵੀ ਮੈਂ ਲੱਕੀ ਰਿਹਾ, ਕਿਉਂਕਿ ਮੈਂ ਜਦੋਂ ਆਇਆ ਇੱਥੇ ਮੇਰੇ ਅੰਕਲ ਸੀਗੇ, ਰੀਅਲ ਚਾਚਾ ਜੀ ਚਾਚੀ ਜੀ ਸੀਗੇ, ਮੇਰੇ ਗ੍ਰੈਂਡ ਪੇਰੈਂਟਸ ਸੀਗੇ ਇੱਥੇ, ਅਤੇ ਹੋਰ ਮੇਰੇ ਨਾਨਕੇ ਇੱਥੇ ਸੀਗੇ। ਤੋ ਜੋ ਜਿਹੜੇ ਫਰੈਂਡਸ ਹੁੰਦੇ ਆ, ਮਦਰ ਪੇਰੈਂਟਸ ਹੁੰਦੇ, ਤੁਹਾਨੂੰ ਉਹਦੀ ਮਿਸਿੰਗ ਤਾਂ ਜ਼ਰੂਰ ਹੁੰਦੀ ਆ, ਪਰ ਇਸ ਗੱਲੋਂ ਥੋੜ੍ਹਾ ਜਿਹਾ ਫੀਲ ਹੋ ਜਾਂਦਾ, ਕਿਉਂਕਿ ਚਾਚਾ ਜੀ ਹੁਣੀ ਵੀ ਉੱਥੇ ਜਾਂਦੇ ਰਹਿੰਦੇ ਸੀਗੇ, ਮਿਲਦੇ ਰਹਿੰਦੇ ਸੀਗੇ, ਉਹਨਾਂ ਦੇ ਬੇਟੇ ਹੁਣੀ ਉਹ ਵੀ ਜਾਂਦੇ ਰਹਿੰਦੇ ਸੀਗੇ, ਸੋ ਘਰ ਵਰਗਾ ਮਾਹੌਲ ਮਿਲਿਆ, ਸੋ ਬਾਹਲਾ ਫੀਲ ਨਹੀਂ ਹੋਇਆ। ਮੈਂ ਬੋਲੀ ਪਾ ਕੇ ਯਾਰ ਮਨਾਉਣਾ ਕਿ ਕੁੜੀਆਂ ਦੀ ਮਰਜ਼ੀ ਚੰਨ ਮੱਖਣਾ ਸੋਹਣੇ